हां जी दोस्तों अस्सिखाल स्वागत है ਤੁਹਾਡਾ ਨੈਕਸਟ ਨਿਬੰਧ ਦੇ ਵਿੱਚ ਅੱਜ ਦਾ ਨਿਬੰਧਾ ਲੇਖ ਬੀਏ 3rd ਸੈਮੈਸਟਰ ਦਾ ਜਿਹੜਾ ਪੰਜਾਬੀ ਦਾ ਸਿਲੇਬਸ ਅਸੀਂ ਕਵਰ ਕਰ ਰਹੇ ਹਾਂ 3rd ਵਨ ਸਾਡੇ ਕੋਲ ਹੈਗਾ ਲੋਕ ਗੀਤਾਂ ਵਿੱਚ ਇਤਿਹਾਸ ਨਿਬੰਧਾ ਵਿਸ਼ਾ ਵਸਤੂ ਦੱਸ ਕੇ ਸਾਰ ਲਿਖੋ ਤਾਂ ਸਭ ਤੋਂ ਪਹਿਲਾਂ ਅਸੀਂ ਇਹਦਾ ਵਿਸ਼ਾ ਦੇਖਦੇ ਹਾਂ ਲੋਕ ਗੀਤਾਂ ਵਿੱਚ ਇਤਿਹਾਸ ਨਿਬੰਧ ਅਵਤਾਰ ਸਿੰਘ ਦਲੇਰ ਦੀ ਰਚਨਾ ਹੈ ਇਸ ਦਾ ਵਿਸ਼ਾ ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬ ਦੇ ਇਤਿਹਾਸ ਦੇ ਪ੍ਰਤੀਬਿੰਬ ਨੂੰ ਪੇਸ਼ ਕਰਨਾ ਇਸ ਵਿੱਚੋਂ ਪੰਜਾਬ ਤੇ ਇਤਿਹਾਸ ਦੀ ਬਹੁਪੱਖੀ ਪੇਸ਼ਕਾਰੀ ਨਹੀਂ ਮਿਲਦੀ ਇਸ ਦਾ ਮੂਲ ਰੂਪ ਵਿੱਚ ਸਬੰਧ ਨਵੇਂ ਵਿਆਹੇ ਹੋਏ ਗੱਭਰੂ ਅਤੇ ਮਟਿਆਰ ਦੇ ਵਿਛੋੜੇ ਦੇ ਦੁੱਖ ਮਿਲਾਪ ਦੀ ਤਾਂਗ ਤੇ ਚੀਸਟਾ ਨਾਲ ਹੈ ਇਹ ਉਦੋਂ ਸਥਿਤੀ ਪੈਦਾ ਹੁੰਦੀ ਹੈ ਜਦੋਂ ਸਾਜ ਵਿਆਈ ਨਾਰ ਦਾ ਪਤੀ ਜੰਗਾ ਵਿੱਚ ਚਲਾ ਜਾਂਦਾ ਹੈ ਦੋਵੇਂ ਤਰ੍ਹਾਂ ਇੱਕ ਦੂਜੇ ਨੂੰ ਵਿਛੇੜੀ ਤਰਫ ਦਿਆਂ ਨੇ ਇੱਕ ਦੂਜੇ ਨੂੰ ਮਿਲਣ ਲਈ ਬੇਰਕਰਾਰ ਰਹਿੰਦੀਆਂ ਹਨ ਬਹੁਤ ਵਧੀਆ ਲਿਖਿਆ ਹੋਇਆ ਲੋਕ ਗੀਤਾਂ ਵਿੱਚ ਇਤਿਹਾਸ ਦਾ ਵਿਸ਼ਾ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਡੂੰਘਾ ਵਿਸ਼ਾ ਹੈ ਦਾ ਜਿਹੜਾ ਇੱਥੇ ਦੱਸਿਆ ਗਿਆ ਮੈਂ ਫੜ ਕੇ ਵੀ ਤੁਹਾਨੂੰ ਸੁਣਾਇਆ ਬਹੁਤ ਵਧੀਆ ਜਿਹੜਾ ਵਿਸ਼ਾ ਇੱਥੇ ਲਿਖਿਆ ਗਿਆ ਤਾਂ ਉਸੇ ਸਾਰ ਨੂੰ ਦੇਖਦੇ ਹਾਂ ਪੰਜਾਬ ਦੇ ਇਤਿਹਾਸ ਇਸ ਪੱਖ ਨੂੰ ਪੇਸ਼ ਕਰਦੇ ਨਿਬੰਧ ਕਰਨੇ ਪਿਛਲੀਆਂ ਵੱਡੀਆਂ ਜੰਗਾਂ ਦੇ ਮੌਕੇ ਪੰਜਾਬ ਦੇ ਗੱਭਰੂ ਪਤੀ ਜਿਹੜਾ ਜਿਨ੍ਹਾਂ ਦਾ ਹੁਣੀ-ਹੁਣੀ ਵਿਆਹ ਹੋਇਆ ਜਸਟ 15 ਦਿਨ 10 ਦਿਨ ਪਹਿਲਾਂ ਉਹ ਫੌਜ ਵਿੱਚ ਭਾਰਤੀ ਨੇ ਪਰਦੇਸ ਲੜਾਈਆਂ ਉੱਤੇ ਚਲੇ ਜਾਂਦੇ ਨੇ ਤੇ ਉਸਦੀ ਪਤਨੀ ਵਿਛੋੜੇ ਵਿੱਚ ਤੜਫਦੀ ਹੈ ਉਸਦੇ ਉਸ ਨੂੰ ਮਿਲਣ ਲਈ ਧਰਲਿਆਂ ਦੇ ਚਿੱਠੀ ਪੱਤਰ ਲਿਖਦੀ ਹੈ ਤਾਂ ਕਿ ਝੂਠ ਸੱਚ ਬੋਲ ਕੇ ਤ੍ਰੀਆਂ ਚਿਤ ਖੇਡ ਕੇ ਉਪਰਾਲਿਆਂ ਨੂੰ ਪੇਸ਼ ਕਰਦੀ ਹੈ ਕਿ ਉਹ ਜਲਦ ਉਸ ਨੂੰ ਮਿਲਣ ਲਈ ਆਵੇ ਜਿਵੇਂ ਹੁਣ ਇੱਥੇ ਕੀ ਲਿਖਿਆ ਹੋਇਆ ਵਾ ਅਸੀਂ ਇਹਨੂੰ ਪੜ੍ਹਦੇ ਹਾਂ ਤੁਸੀਂ ਵੀ ਇਹ ਚੀਜ਼ ਲਿਖ ਸਕਦੇ ਹੋ ਐਗਜ਼ਾਮੀਨਰ ਨੂੰ ਬੜਾ ਵਧੀਆ ਲੱਗੂ ਤੁਹਾਨੂੰ ਵਧੀਆ ਨੰਬਰ ਦੇਏਗਾ ਉਹ ਜੇ ਤੁਸੀਂ ਇਹਦੇ ਚੋਂ ਇੱਕ ਅੱਧਾ ਲਿਖੋਗੇ ਜੇ ਇਸ ਤਰ੍ਹਾਂ ਸੀ ਪਹਿਲਾਂ ਪੜਦੇ ਆ ਦੋ ਤਿੰਨ ਪੜਾਂਗੇ ਬਾਕੀ ਤੁਸੀਂ ਆਪਣੇ ਪ੍ਰੀਡ ਆਊਟ ਕਰ ਸਕਦੇ ਹੋ ਪਿੱਪਲਾਂ ਉੱਤੇ ਆਈਆਂ ਬਹਾਰਾਂ ਬੋੜਾਂ ਨੂੰ ਲੱਗ ਗਈਆਂ ਗੋਲਾ ਗੋਲਾ ਤੁਸੀਂ ਦੇਖਿਆ ਹੋਣਗੇ ਲਾਲ ਕਲਰ ਦੀਆਂ ਗੋਲਾਂ ਲੱਗੀਆਂ ਹੁੰਦੀਆਂ ਜਿਨੇ ਜਿਨੇ ਦੇਖਿਆ ਮੈਨੂੰ ਕਮੈਂਟ ਕਰਕੇ ਦੱਸਿਓ ਜੰਗ ਨੂੰ ਨਾ ਜਾ ਜਾ ਵੇ ਦਿਲ ਦੇ ਬੋਲ ਮੈਂ ਬੋਲਾਂ ਇਹ ਲਿਖਿਆ ਰੰਨਾ ਵਾਲੇ ਜੰਗ ਜਿੱਤਦੇ ਕਿੱਥੋਂ ਲਿਖੀਆਂ ਫਰੰਗੀਆਂ ਦੱਸ ਵੇ ਠੀਕ ਹੈ ਇਹ ਉਹ ਲਿਖਿਆ ਹੋਇਆ ਉਸ ਤੋਂ ਬਾਅਦ ਤੁਸੀਂ ਹੋਰ ਵੀ ਬਾਕੀ ਵੀ ਪੜ ਸਕਦੇ ਹੋ ਦੋ ਨਿੰਬੂ ਪੱਕੇ ਘਰ ਤੇਰੇ ਛੁੱਟੀ ਲੈ ਕੇ ਆ ਜਾ ਨੌਕਰਾ ਮਤਲਬ ਨੌਕਰੀ ਕਰਨ ਵਾਲਿਆ ਤੂੰ ਛੁੱਟੀ ਲੈ ਕੇ ਆ ਤੇਰੇ ਘਰ ਦੇ ਨਿੰਬੂ ਪੱਕ ਗਏ ਨੇ ਮਤਲਬ ਉਹ ਇੱਕ ਤੈਨੂੰ ਦੱਸਿਆ ਨਾ ਉੱਪਰ ਵੀ ਉਹ ਤੇਰਾ ਤਰ੍ਹਾਂ ਦੇ ਬਹਾਨੇ ਮਾਰ ਕੇ ਆਪਣੇ ਪਤੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਧਰਲੇ ਮਨ ਤੱਕ ਆਦੀ ਇਹ ਅਖਾਨ ਜਿਹੜਾ ਅਸੀਂ ਕਹਿ ਸਕਦੇ ਹਾਂ ਜਾਂ ਇੱਕ ਲੋਕ ਗੀਤ ਹੈ ਇਤਿਹਾਸ ਕਹਿ ਸਕਦੇ ਹਾਂ ਉਹਦਾ ਇੱਕ ਦੋ ਵਰਡਿੰਗ ਹੀ ਨੇ ਠੀਕ ਹੈ ਬਾਕੀ ਵੀ ਤੁਸੀਂ ਇੱਥੇ ਪੜ ਲਿਓ ਤੇ ਹੁਣ ਅਸੀਂ ਗੱਲ ਕਰਦੇ ਹਾਂ ਅੱਗੇ ਇਸ ਨਵਾਂ ਨੂੰ ਪੜ ਕੇ ਸਾਨੂੰ ਤਤਕਾਲੀ ਵਾਤਾਵਰਨ ਸਿਪਾਹੀਆਂ ਦੇ ਜੀਵਨ ਆਮ ਲੋਕਾਂ ਦੇ ਘਰਾਂ ਦੇ ਵਾਤਾਵਰਨ ਸ਼ਾਸਨ ਉਹ ਸਾਰੇ ਨਾਨ ਦੇ ਰਿਸ਼ਤਿਆਂ ਦਾ ਵੀ ਪਤਾ ਲੱਗਦਾ ਹੈ ਇਸ ਸੱਭਿਆਚਾਰਕ ਇਤਿਹਾਸ ਦੀ ਝਲਕ ਵੀ ਮਿਲਦੀ ਹੈ ਸੱਭਿਆਚਾਰਕ ਝਲਕ ਮਿਲਦੀ ਹੈ ਪਰਿਵਾਰ ਬਾਰੇ ਜਾਣਨ ਨੂੰ ਮਿਲਦਾ ਉਸ ਤਰ੍ਹਾਂ ਦਾ ਜਦੋਂ ਲੋਕ ਜੰਗਾਂ ਦੇ ਪਰ ਜਾਂਦੇ ਸੀ ਉਹਨਾਂ ਦਾ ਘਰ ਪਰਿਵਾਰ ਕਿਦਾਂ ਦਾ ਸੀ ਕਿਦਾਂ ਦਾ ਮਾਹੌਲ ਸੀ ਵਾਤਾਵਰਨ ਸੀ ਉਸ ਚੀਜ਼ ਦਾ ਵੀ ਸਾਨੂੰ ਜਿਹੜਾ ਬਾ ਐਗਜ਼ੈਕਟ ਪਤਾ ਲੱਗਦਾ ਠੀਕ ਹੈ ਤਾ ਲਾਸਟਲੀ ਇੱਥੇ ਕੀ ਲਿਖਣਾ ਵਾ ਸੀ ਇੱਥੇ ਲਿਖਣਾ ਇਸ ਨਵੰਦ ਵਿੱਚ ਉਹ ਅੰਗਰੇਜ਼ੀ ਰਾਜ ਵਿੱਚ ਰੇਲ ਗੱਡੀਆਂ ਵਿੱਚ ਬੰਬਈ ਤੱਕ ਸਫਰ ਸਟੇਸ਼ਨਾਂ ਉਤੇ ਮਲਾਪ ਤੇ ਵਿਦਾਇਗੀ ਹੁੰਦੇ ਚਿੱਠੀ ਪੱਤਰ ਲਿਖਣ ਦੇ ਸਿਲਸਿਲੇ ਦੇ ਸੰਗੀਤ ਵੀ ਮਿਲਦੇ ਨੇ ਜਨਨ ਕਿ ਉਹ ਦੋ ਵਿਧਾ ਵੀ ਹੁੰਦਾ ਸੀ ਨਾ ਜਦੋਂ ਜਾਂਦੇ ਸੀ ਲੋਕ ਇਸ ਤੋਂ ਇਲਾਵਾ ਇਸ ਨਵੰਦ ਵਿੱਚ ਪੰਜਾਬੀ ਜੀਵਨ ਵਿੱਚ ਪਾਉਂਦਿਆਂ ਠੀਕ ਹੈ ਦੀ ਹੋਣ ਮੱਝਾ ਚੋਣ ਤੰਦੂਰ ਉਤੇ ਰੋਟੀਆਂ ਲਾਉਂਆਂ ਠੀਕ ਹੈ ਲਾਉਂਆਂ ਤੋਂ ਕਣਕ ਵੜਾਉਣ ਪੀੜੇ ਉੱਤੇ ਘੁੰਡ ਕੱਢੀ ਬੈਠੇ ਨਾਰ ਪਲਾਂਗਾ ਉੱਤੇ ਬੈਠਣ ਬੋੜਾਂ ਤੇ ਗੋਲਾਂ ਮੰਝੀਆਂ ਖੇਸਾਂ ਯਾਨੀ ਕਿ ਉਦਾਂ ਦਾ ਵਾਤਾਵਰਣ ਪੰਜਾਬੀ ਸੱਭਿਆਚਾਰ ਦਾ ਭਰਪੂਰ ਰੂਪ ਸਾਨੂੰ ਮਿਲਦਾ ਡੱਟੇ ਚੜ੍ਹ ਲਿਓ ਇਹ ਬੜਾ ਇੰਪੋਰਟੈਂਟ ਆ ਠੀਕ ਹੈ ਤੇ ਉਸ ਤੋਂ ਬਾਅਦ ਲਾਸਟ ਤੇ ਲਿਖਿਆ ਹੋਇਆ ਵਾ ਇਸ ਪ੍ਰਕਾਰ ਇਸ ਮਾਧ ਦਾ ਵਿਸ਼ਾ ਮੌਲਿਕ ਇਤਿਹਾਸਿਕ ਮਨੋਵਿਗਿਆਨਿਕ ਸ਼ੋਹਾਂ ਤੇ ਯਥਾਰਥਕਤਾ ਦਾ ਬਹੁਤ ਭਰਤੀ ਹੈ ਮਤਲਬ ਬਹੁਤ ਵਧੀਆ ਲਿਖਿਆ ਹੋਇਆ ਹੈ ਮੈਂ ਜਿੰਨੀ ਵੀ ਕੋਸ਼ਿਸ਼ ਕੀਤੀ ਤੁਹਾਨੂੰ ਪੜ੍ਹਾਉਣ ਦੀ ਤੁਹਾਨੂੰ ਸਮਝਾਉਣ ਦੀ ਚਾਹ ਤੁਸੀਂ ਸਮਝ ਗਏ ਹੋਵੋਗੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਪਿਆਰਾ ਜਰੂਰ ਕਰ ਦੇ ਕੋ ਤਾਂ ਮੈਨੂੰ ਵੀ ਮੋਟੀਵੇਸ਼ਨ ਮਿਲੇ ਤੁਹਾਨੂੰ ਹੋਰ ਅੱਗੇ ਪੜ੍ਹਾਉਣ ਦੀ ਤੇ ਨੈਕਸਟ ਚੈਪਟਰ ਵੀ ਜਲਦੀ ਆਏਗਾ ਲੋਕ ਵਿਸ਼ਵਾਸ ਵਹਿਮਾਂ ਭਰਮਾਂ ਵਾਲਾ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਵੀਡੀਓ ਨੂੰ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ